ਬੀਤੀ ਦੇਰ ਰਾਤ ਭਵਾਨੀਗੜ੍ਹ ਦੇ ਪਿੰਡ ਹਰਕ੍ਰਿਸ਼ਨਪੁਰਾ ਵਿੱਚ ਤੇਜ਼ਧਾਰ ਹਥਿਆਰ ਨਾਲ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੁਲਿਸ ਨੇ ਦੋ ਭਰਾਵਾਂ ਖਿਲਾਫ਼ ਮੁਕੱਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਹਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਹਰਕ੍ਰਿਸ਼ਨਪੁਰਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸਦੇ ਗੁਆਂਢ ਵਿੱਚ ਰਹਿੰਦੇ ਦੋ ਭਰਾਵਾਂ ਹਰਜਿੰਦਰ ਸਿੰਘ ਅਤੇ ਸੋਮਜੀਤ ਸਿੰਘ ਨੇ ਬੁੱਧਵਾਰ ਦੇਰ ਰਾਤ ਉਸਦੇ ਭਰਾ 20 ਸਾਲਾ ਅਰਸ਼ਦੀਪ ਸਿੰਘ ਨੂੰ ਘਰੋਂ ਬੁਲਾ ਕੇ ਉਸਦੀ ਛਾਤੀ ਵਿੱਚ ਚਾਕੂ ਨਾਲ ਕਈ ਵਾਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਵਿੱਚ ਖੂਨ ਨਾਲ ਪੂਰੀ ਤਰ੍ਹਾਂ ਲੱਥਪੱਥ ਹੋਏ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ, ਜਿਸ ਦੀ ਪੁਸ਼ਟੀ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਹੋਈ। ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਹਰਜਿੰਦਰ ਸਿੰਘ ਸ਼ੱਕ ਕਰਦਾ ਸੀ ਕਿ ਅਰਸ਼ਦੀਪ ਉਸਦੀ ਪਤਨੀ ਨੂੰ ਗਲਤ ਨਜ਼ਰ ਨਾਲ ਦੇਖਦਾ ਹੈ, ਜਿਸਦੇ ਚੱਲਦਿਆਂ ਅਰਸ਼ਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਧਰ ਥਾਣਾ ਸਦਰ ਸੰਗਰੂਰ ਦੇ SHO ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਫਰਾਰ ਹੋਏ ਮੁਲਜ਼ਮਾਂ ਹਰਜਿੰਦਰ ਸਿੰਘ ਅਤੇ ਸੋਮਜੀਤ ਸਿੰਘ ਵਾਸੀ ਹਰਕ੍ਰਿਸ਼ਨਪੁਰਾ ਖਿਲਾਫ਼ ਕੇਸ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਆਜ਼ਾਦ TV ਨਿਊਜ਼ ਦੇ ਲਈ ਭਵਾਨੀਗੜ੍ਹ ਤੋਂ ਮਨੋਜ ਸ਼ਰਮਾ ਦੀ ਰਿਪੋਰਟ। ਐਂ ਤਾਂ ਪਤਾ ਨਹੀਂ ਸਾਰਾ ਗੱਲ ਕੀ ਹੋਈ ਹੈਗੀ। ਜਦੋਂ ਮੈਂ ਘਰ ਆਇਆ ਸੀਗਾ ਤਾਂ ਮੇਰੇ ਛੋਟੇ ਭਰਾ ਨੇ ਮੈਨੂੰ ਹਾਕ ਮਾਰੀ, ਕਹਿੰਦੇ ਵੀ ਕੋਈ ਕੁੱਟ ਰਿਹਾ ਹੈਗਾ ਛੋਟੇ ਭਰਾ ਨੂੰ, ਅਤੇ ਮੈਂ ਭੱਜ ਕੇ ਗਿਆ ਤਾਂ ਉਸ ਤੋਂ ਪਹਿਲਾਂ ਇਹ ਪੇਟ 'ਚ ਕਰਚਾਂ ਮਾਰੀਆਂ, ਇਹ ਨਹੀਂ ਪਤਾ ਕੀ ਮਾਰਿਆ। ਦੋ ਜਾਣੇ ਸੀਗੇ, ਉਹ ਇੱਕ ਬੁਗਲਾ ਅਤੇ ਇੱਕ ਉਹਦਾ ਭਰਾ ਖੋਰੀ ਲਾਲ ਸਿੰਘ ਦੇ ਮੁੰਡੇ ਨੇ ਜੀ, ਇਹਨਾਂ ਦੋਨਾਂ ਨੇ ਇਹ ਕੰਮ ਕਰਿਆ ਹੈਗਾ। ਉਸ ਤੋਂ ਬਾਅਦ ਨਹੀਂ ਕੋਈ ਦੁਸ਼ਮਣੀ ਨਹੀਂ ਸਰ, ਅਬ ਇਹਦੇ ਮੈਨੂੰ ਦੱਸਿਆ ਸੀ ਉਹਨੇ, ਪਤਾ ਨਹੀਂ ਉਹਦੇ ਸ਼ੱਕ ਦੇ ਵਿੱਚ, ਆਪਣੇ ਘਰ ਵਾਲੀ ਦੇ ਸ਼ੱਕ ਦੇ ਵਿੱਚ ਕਿ ਕੋਈ ਗਲਤ ਹੈ ਇਹਦੇ ਨਾਲ, ਤਾਂ ਇਹ ਸ਼ੱਕ ਦੇ ਵਿੱਚ ਇਹਨੂੰ ਉਹ ਕਰਿਆ ਜੀ। ਸੋਹਣੇ ਗੱਲ ਜੀ ਇਹ ਹੋਈ ਹੈ ਜੀ, ਅਸੀਂ ਦੋਵੇਂ ਜਾਣੇ ਖਾਣਾ ਖਾ ਕੇ ਬਾਹਰ ਨਿਕਲੇ ਸੀ, ਉਹ ਗੇਟਾਂ 'ਚ ਸੀਗਾ, ਮੈਂ ਬਸ ਥੋੜ੍ਹਾ ਜਿਹਾ ਪਿੱਛੇ ਖੜ੍ਹਾ ਸੀ ਉਸ ਤੋਂ, ਵੀ ਉਹਨੂੰ ਗੇਟਾਂ 'ਚੋਂ ਖਿੱਚ ਕੇ ਲੈ ਗਏ, ਔਰ ਲੈ ਗਏ ਖਿੱਚ ਕੇ ਅਤੇ ਕਿਰਚਾ ਕੁਰਚਾ ਮਾਰੀ ਆ, ਹੋਰੀ ਨੇ ਮਗਰੋਂ ਫੜਿਆ, ਬੁਗਲੇ ਸਿੰਘ ਨੇ ਕਿਰਚਾ ਮਾਰੀ ਫੜ ਕੇ ਉਸਨੂੰ। ਕੀ ਸ਼ੱਕ ਕੀ ਕਾਰਨ ਹੋਇਆ? ਸ਼ੱਕ ਤਾਂ ਜੀ ਇਹੀ ਹੈ ਵੀ ਉਹਨਾਂ ਕਹਿਣਾ ਵੀ ਜਨਾਨੀ ਨਾਲ ਮਾੜਾ ਗਿਆ, ਬੁਗਲਾ ਸਿੰਘ ਕਹਿਣਾ ਵੀ ਜਿਹੜਾ ਮੁੰਡਾ ਸੀ ਉਹ ਜਨਾਨੀ ਨਾਲ ਮਾੜਾ, ਹਾਂਜੀ ਇਹ ਦੋਸ਼ ਲਾਇਆ ਉਹਨਾਂ ਨੇ। ਹਾਂਜੀ ਇਹ ਦੋਸ਼ ਲਾਇਆ, ਇਹ ਸਾਰ ਚ ਮਾਰਤਾ, ਹਾਂਜੀ ਇਹ ਸਾਰ ਚ ਮਾਰਿਆ। ਉਹ ਹੈਗੀ ਸੀ ਅਸੀਂ ਗੱਲ ਨਹੀਂ ਜੀ ਨਹੀਂ ਗੱਲ ਹੈ ਨਹੀਂ। ਜਿਹੜਾ ਨੌਜਵਾਨ ਦਾ ਕਤਲ ਹੋਇਆ ਅਰਸ਼ਦੀਪ ਸਿੰਘ ਲੜਕਾ ਹੈ, ਪਿੰਡ ਹਰਕ੍ਰਿਸ਼ਨਪੁਰੇ ਦਾ, ਸਾਡੇ ਕੋਲ ਟੈਲੀਫੋਨ ਆਇਆ ਸੀ ਵੀ ਇਹਦੀ ਇੱਥੇ ਡੈੱਡ ਬੋਡੀ ਆਈ ਹੈ। ਜਦੋਂ ਅਸੀਂ ਪਹੁੰਚੇ ਇਹਦੇ ਭਰਾ ਦਾ ਟੈਲੀਫੋਨ, ਇਹਦੇ ਭਰਾ ਦੀ ਅਸੀਂ ਸਟੇਟਮੈਂਟ ਰਿਕਾਰਡ ਕੀਤੀ, ਉਹਨੇ ਦੱਸਿਆ ਵੀ ਇੱਕ ਇਹਨਾਂ ਦੇ ਪਿੰਡ ਦਾ ਬੁਗਲਾ, ਇੱਕ ਫੌਰੀ, ਇਹਨਾਂ ਦੇ ਘਰ ਦੇ ਨਾਲ ਹੀ ਰਹਿੰਦੇ ਆ। ਉਹਨਾਂ ਨੇ ਇਹਦੇ ਭਰਾ ਨੂੰ ਉੱਥੋਂ ਖਿੱਚ ਕੇ ਅਤੇ ਉਹਦੇ ਇੱਥੇ 4-5 ਛੁਰੀਆਂ ਤਿੱਖੀ ਚੀਜ਼ ਮਾਰੀ, ਜਿਹਦੇ ਨਾਲ ਉਹਦੀ ਮੌਤ ਹੋ ਗਈ। ਅਸੀਂ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ, ਸਟੇਟਮੈਂਟ ਰਿਕਾਰਡ ਕਰ ਰਹੇ ਹਾਂ। ਪਿੰਡ ਵਗੈਰਾ ਜਿਹੜੀ ਕੀਤੀ ਹੈ ਜੀ? ਜਾ ਆਏ ਅਸੀਂ ਪਿੰਡ, ਜਾ ਆਏ ਮੌਕਾ ਦੇਖ ਆਏ ਸੀਗੇ। ਹਾਂਜੀ।